हाँ जी, अस्सलाम वालेकुम, सत श्री अकाल ते नमस्कार। गल करनी सी एक, एक्चुअली तुहानू सारयां नू पता ही आ, पहलां वी आपां इहदे ते बड़ियां गल्लां बातां कीतियां होईयां आ करोना वायरस ते, पर इहदे विच इह आ वी आपां ना, गुरप्रीत वेलकम जी, वी एक मुकाबला शुरू हो गया आ दोवां पंजाबां दा ते जमुना पार वालियां दा। ਇਹ ਹੁਣ ਵੇਖਦੇ ਹਾਂ ਵੀ ਇਸ ਮੁਕਾਬਲੇ ਦੇ ਵਿੱਚੋਂ ਕੌਣ ਜਿੱਤਦੇ ਆ, ਵੀ ਇਹ ਜੋ ਸਿਸਟਮ ਬਣਿਆ ਪਿਆ ਆ, ਕਿਉਂਕਿ ਸਾਡੇ ਵਿੱਚ ਇੱਕ ਇਹ ਕੰਪਲੈਕਸ ਸੀ ਜਿਹਨੂੰ ਕਹਿੰਦੇ ਨਹੀਂ ਹੁੰਦੇ ਵੀ ਅਸਾਸੇ ਕਮਤਰੀ, ਅਸੀਂ ਹਮੇਸ਼ਾ ਹੀ ਇਹ ਸਮਝਦੇ ਸੀ ਵੀ ਜਿਹੜੇ ਜਮਣਾ ਪਾਰ ਵਾਲੇ ਆ ਨਾ ਉਹ ਸਾਡੇ ਨਾਲੋਂ ਅਕਲਮੰਦ ਜ਼ਿਆਦੇ ਆ, ਅਤੇ ਉਹ ਸਿਆਣੇ ਲੋਕ ਆ ਜਿਹੜੇ, ਅਸੀਂ ਪੰਜਾਬ ਦੇ ਰਹਿਣ ਵਾਲੇ ਲੋਕ ਹਾਂ, ਅਸੀਂ ਸਿਆਣੇ ਨਹੀਂ। ਪਰ ਜਮਣਾ ਪਾਰ ਵਾਲਿਆਂ ਨੇ ਤਾਂ ਆਪਦੀ ਸਿਆਣਪ ਇੱਕ ਵਾਰੀ ਸ਼ੋਅ ਕਰ ਦਿੱਤੀ ਆ, ਉਹਨਾਂ ਨੇ ਵਿਖਾ ਦਿੱਤਾ ਆ, ਉਹ ਮੈਂ ਤੁਹਾਨੂੰ ਬਾਅਦ 'ਚ ਦੱਸਦਾ ਹਾਂ। ਪਰ ਇਹ ਆ ਵੀ ਹੁਣ ਸਾਡੀ ਲਹਿੰਦੇ ਵਾਲਿਆਂ ਦੀ ਅਤੇ ਚੜ੍ਹਦੇ ਵਾਲਿਆਂ ਦੀ ਇੱਜ਼ਤ ਸਾਡੀ ਸਾਡੇ ਹੱਥ 'ਚ ਆ, ਇਹ ਹੁਣ ਅਸੀਂ ਇਹਨਾਂ ਨੂੰ ਸ਼ੋਅ ਕਰਨਾ ਆ ਵੀ ਅਸੀਂ ਕਿੰਨੇ ਸਾਫ਼ ਸੁਥਰੇ ਅਤੇ ਕਿੰਨੇ ਸਿਆਣੇ ਲੋਕ ਹਾਂ, ਅਤੇ ਕਿੰਨੀ ਅਸੀਂ ਗੱਲ ਨੂੰ ਫਾਲੋ ਕਰਦੇ ਹਾਂ, ਅਤੇ ਅਸੀਂ ਹੁਣ ਤੁਹਾਡਾ ਜਮਣਾ ਪਾਰ ਵਾਲਿਆਂ ਨੂੰ ਇਹ ਵਿਖਾਉਣਾ ਆ ਵੀ ਕਿਵੇਂ ਕਿਸੇ ਬਿਮਾਰੀ ਨੂੰ ਟੈਕਲ ਕੀਤਾ ਜਾਂਦਾ ਆ, ਕਿਵੇਂ ਉਹਦੇ ਨਾਲ ਲੜਿਆ ਜਾਂਦਾ ਆ, ਅਤੇ ਅਸੀਂ ਹੁਣ ਇਹ ਸਾਬਤ ਕਰਾਂਗੇ, ਕਿਉਂਕਿ ਸਾਡੇ 'ਤੇ ਠੱਪਾ ਲੱਗਾ ਹੋਇਆ ਪੰਜਾਬੀਆਂ 'ਤੇ ਵੀ ਇਹ ਘੱਟ ਅਕਲਮੰਦ ਲੋਕ ਆ, ਇਹ ਕਾਨੂੰਨ ਨਹੀਂ ਫੋਲੋ ਕਰਦੇ, ਇਹ ਕਿਸੇ ਦੀ ਸੁਣਦੇ ਨਹੀਂ। ਪਰ ਹੁਣ ਸਾਡੇ ਕੋਲ ਟਾਈਮ ਆ ਇਹ ਦਾਗ ਧੋਣ ਦਾ, ਅਤੇ ਸਾਨੂੰ ਧੋਣਾ ਵੀ ਚਾਹੀਦਾ ਆ। ਅਤੇ ਬਾਕੀ ਜਮਣਾ ਪਾਰ ਵਾਲਿਆਂ ਨੇ ਤਾਂ ਸਾਬਤ ਕਰ ਦਿੱਤਾ, ਮੋਦੀ ਸਾਹਿਬ ਨੇ ਆ ਕੇ ਐਲਾਨ ਕੀਤਾ ਸੀ ਵੀ ਭਾਈ 5 ਵਜੇ ਤੱਕ ਤੁਸੀਂ ਅੰਦਰ ਰਹਿਣਾ ਆ, 5 ਵਜੇ ਤੋਂ ਬਾਅਦ ਤੁਸੀਂ ਆ ਕੇ ਉਹਨਾਂ ਵਰਕਰਾਂ, ਡਾਕਟਰਾਂ ਜਾਂ ਜਿਹੜੇ ਸਫਾਈ ਸੇਵਕ ਆ ਉਹਨਾਂ ਦਾ ਹੌਂਸਲਾ ਵਧਾਉਣਾ ਆ, ਤੁਸੀਂ ਥਾਲੀਆਂ ਖੜਕਾਉਣੀਆਂ ਜਾਂ ਤਾੜੀਆਂ ਮਾਰਨੀਆਂ ਆ। 5 ਵੱਜਦੇ ਗਏ ਅਤੇ ਲੋਕ ਮਤਲਬ ਜਸ਼ਨ ਮਨਾਉਣ ਵਾਸਤੇ ਬਾਹਰ ਆ ਗਏ, ਲੋਕਾਂ ਨੇ ਉਹ ਗੰਦ ਪਾਇਆ, ਜਾਣੀ ਕਿ ਸਾਰਾ ਕੁਛ ਭੁੱਲ ਗਏ। ਇਹ ਆ ਇਹਨਾਂ ਦੀ ਅਸਲੀਅਤ। ਮੈਂ ਅੱਗੇ ਸੋਚਦਾ ਸੀ ਵੀ ਰੀਜ਼ਨ ਕੀ ਆ ਵੀ ਮੋਦੀ ਦੀ ਦੁਬਾਰਾ ਗਵਰਨਮੈਂਟ ਬਣ ਗਈ ਆ, ਇਹ ਜਿਹੜੇ ਇਹੋ ਜਿਹੇ ਲੋਕ ਪੈਦਾ ਕੀਤੇ ਆ ਨਾ ਜਿਹੜੀ ਵਟਸਐਪ ਯੂਨੀਵਰਸਿਟੀ ਨੇ, ਕਿਉਂਕਿ ਵਟਸਐਪ ਦੇ ਉੱਤੇ ਚੱਲ ਪਿਆ ਸੀ, ਮੈਸੇਜ ਚੱਲ ਪਏ ਸੀ ਵੀ ਭਾਈ ਜਿਹੜੀ ਹੈਗੀ ਆ ਨਾ, ਜਦੋਂ ਤੁਸੀਂ ਟੱਲੀਆਂ ਖੜਕਾਓਗੇ, ਤਾੜੀਆਂ ਮਾਰੋਗੇ, ਥਾਲੀਆਂ ਖੜਕਾਓਗੇ, ਅਤੇ ਉਹਦੇ ਨਾਲ ਕਰੋਨਾ ਵਾਇਰਸ ਜਿਹੜਾ ਆ ਉਹ ਡੈੱਡ ਹੋਊਗਾ, ਉਹ ਭੱਜੂਗਾ, ਅਤੇ ਇਹ ਤੁਸੀਂ ਵੱਡੇ ਜੰਗੀ ਪੱਧਰ 'ਤੇ ਕਰਨਾ ਆ। ਅਤੇ ਉਦੋਂ ਬਾਅਦ ਜਦੋਂ ਲੋਕਾਂ ਨੇ ਉਹ ਸਾਰਾ ਕੁਛ ਕੀਤਾ, ਲੋਕਾਂ ਨੇ ਆ ਕੇ ਗੰਦ ਪਾਇਆ, ਸਭ ਕੁਛ ਕੀਤਾ, ਹਾਲਾਂਕਿ ਆਪਦੀ ਸਿਹਤ ਨਾਲ ਖਿਲਵਾੜ ਕੀਤਾ, ਇੰਨੇ ਇੰਨੇ ਲੋਕ ਇਕੱਠੇ ਹੋਏ, ਤੁਸੀਂ ਇਹ ਵੇਖੋ ਵੀ ਪੜ੍ਹੇ ਲਿਖੇ ਲੋਕ, ਡਿਪਟੀ ਸੁਪਰਡੈਂਟ ਆਫ ਪੁਲਿਸ, ਉਹ ਆ ਕੇ ਸੰਖ ਵਜਾਉਂਦਾ ਪਿਆ ਆ ਲੋਕਾਂ ਦੇ ਵਿੱਚ, ਅਤੇ ਲੋਕਾਂ ਦੀ ਅਗਵਾਈ ਕਰਦਾ ਪਿਆ ਆ। ਜਾਣੀ ਕਿ ਇਹ ਇਹਨਾਂ ਦੇ ਹਾਲਾਤ ਬਣੇ ਪਏ ਆ ਵੀ ਚਮਚਾਗਿਰੀ ਕਰਨ ਦੇ ਚੱਕਰ ਦੇ ਵਿੱਚ ਪੜ੍ਹੇ ਲਿਖੇ ਅਫਸਰ ਵੀ ਇਹ ਕੁਛ ਕਰਦੇ ਪਏ ਆ। ਤੁਹਾਨੂੰ ਪਤਾ ਹੀ ਆ ਵੀ ਸੰਖ ਵਜਾਉਂਦੇ ਆ ਅਤੇ ਉਹ ਬਾਹਰ ਨੂੰ ਮਤਲਬ ਉਹਦੀ ਹਵਾ ਨਿਕਲਦੀ ਆ, ਥੁੱਕ ਵੀ ਉਹਦੇ 'ਚੋਂ ਨਿਕਲਦੀ ਆ, ਕਿਉਂਕਿ ਕਈਆਂ ਨੇ ਤਾਂ ਵੇਖਿਆ ਨਹੀਂ ਹੋਣਾ ਸੰਖ ਵੱਜਦਾ। ਮੈਂ ਤਾਂ ਵੇਖਿਆ ਆ ਵੀ ਜੇ ਉਹਦੇ ਸਾਹਮਣੇ ਬੰਦਾ ਖਲੋਤਾ ਹੋਵੇ ਤਾਂ ਦੂਜੇ ਦਾ ਮੂੰਹ ਉਂਝ ਥੁੱਕ ਨਾਲ ਭਰ ਜਾਂਦਾ। ਅਤੇ ਇਹ ਸਾਰਾ ਕੁਛ ਕੀਤਾ, ਉਦੋਂ ਬਾਅਦ ਇੱਕ ਸੱਜਣ ਮਹਾਂਪੁਰਸ਼ ਨੇ ਟਵੀਟ ਕੀਤਾ, ਕਹਿੰਦਾ ਨਾਸਾ ਵਾਲਿਆਂ ਨੇ ਡਿਟੈਕਟ ਕੀਤਾ ਆ ਵੀ ਇੰਡੀਆ ਦੇ ਵਿੱਚ ਜਿਹੜੇ ਸੰਖ ਵੱਜੇ, ਟੱਲੀਆਂ ਵੱਜੀਆਂ ਆ ਨਾ, ਅਤੇ ਜਿਹੜੀਆਂ ਉਹਦੇ ਨਾਲ ਵੇਵ ਕ੍ਰੀਏਟ ਹੋਈਆਂ ਆ, ਅਤੇ ਉਹਦੇ ਨਾਲ ਕਰੋਨਾ ਵਾਇਰਸ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਆ, ਅਤੇ ਵੀ ਇੰਡੀਆ ਵਾਲੇ ਤਾਂ ਵੀ ਸ਼ਾਬਾਸ਼ ਦੇ ਹੱਕਦਾਰ ਆ। ਇਹ ਪ੍ਰਚਾਰ ਕੀਤਾ ਗਿਆ। ਤੁਸੀਂ ਇਹ ਵੇਖ ਲਓ ਵੀ ਇਹ ਜਹਿਨੀਅਤ ਆ ਆਮ ਲੋਕਾਂ ਦੀ, ਅਤੇ ਅਜੇ ਕਈ ਬੰਦੇ ਆਸ ਕਰਦੇ ਆ ਵੀ ਨਹੀਂ ਵੀ ਇਹ ਮੁਲਕ ਦੇ ਵਿੱਚ ਕੋਈ ਤਬਦੀਲੀ ਆ ਜੂਗੀ, ਜਿੱਥੇ ਇਹੋ ਜਿਹੀਆਂ ਭੇਡਾਂ ਆ ਇਹ ਕੁਛ ਕਰਨ ਵਾਲੀਆਂ, ਉੱਥੇ ਕੁਛ ਬਦਲਾਅ ਹੋ ਸਕਦਾ ਆ। ਤੁਸੀਂ ਭੁੱਲ ਵੀ ਜਾਓ, ਲਹਿੰਦੇ ਵਾਲੇ ਤਾਂ ਭੁੱਲ ਵੀ ਜਾਣ ਵੀ ਤੁਹਾਨੂੰ ਕਦੀ ਕੋਈ ਚੰਗਾ ਗਵਾਂਢੀ ਮਿਲੂਗਾ, ਕਿਉਂਕਿ ਜਿੰਨਾ ਜ਼ਹਿਰ ਇਹਨਾਂ ਲੋਕਾਂ ਦੇ ਮਨ ਦੇ ਵਿੱਚ ਭਰ ਦਿੱਤਾ ਆ, ਜਿੰਨੀ ਨਫ਼ਰਤ ਅਤੇ ਜਿੰਨੀ ਜਹਾਲਤ ਭਰ ਦਿੱਤੀ ਆ ਵੀ ਉਹਦਾ ਕੋਈ ਸਿਰਾ ਹੀ ਨਹੀਂ ਹੈਗਾ। ਅਤੇ ਬਾਕੀ ਤੁਸੀਂ ਸਾਰੇ ਵੇਖਦੇ ਹੀ ਪਏ ਆ ਕਿਹੜੇ ਹਿਸਾਬ ਨਾਲ ਕਰੋਨਾ ਵਾਇਰਸ ਦਾ ਮੁਕਾਬਲਾ ਹੋ ਰਿਹਾ ਆ, ਹਵਨ ਕੀਤੇ ਜਾ ਰਹੇ, ਟੱਲੀਆਂ ਖੜਕਾਈਆਂ ਜਾ ਰਹੀਆਂ, ਸੰਖ ਵਜਾਏ ਜਾ ਰਹੇ ਆ। ਪਰ ਇਹ ਆ ਵੀ ਹੁਣ ਅਸੀਂ ਆਪਦੇ 'ਤੇ ਲੱਗਾ ਦਾਗ, ਇੱਕ ਕੁਛ ਸਾਨੂੰ ਵੀ ਆਪਣੇ ਆਪ ਨੂੰ ਮਹਿਸੂਸ ਹੁੰਦਾ, ਅਸੀਂ ਸੋਚਦੇ ਹਾਂ ਵੀ ਅਸੀਂ ਜਮਣਾ ਪਾਰ ਵਾਲਿਆਂ ਨਾਲੋਂ ਨਾ ਵੀ ਥੋੜ੍ਹੇ ਜਿਹੇ ਘੱਟ ਪੜ੍ਹੇ ਲਿਖੇ ਹਾਂ, ਸਾਨੂੰ ਅਕਲ ਘੱਟ ਆ, ਸਾਡੇ ਜਿਹੜੇ ਲੋਕ ਆ ਇਹ ਖੇਤੀ ਖੁਤੀ ਕਰਨ ਵਾਲੇ ਆ, ਇਹਨਾਂ ਨੂੰ ਕੋਈ ਬਾਹਲੀ ਅਕਲ ਨਹੀਂ ਹੈਗੀ, ਹੁਣ ਸਾਡੇ ਕੋਲ ਮੌਕਾ ਆ, ਅਸੀਂ ਇਹ ਸਾਬਤ ਕਰਨਾ ਆ।
ਤੇ ਪਾਕਿਸਤਾਨ ਵਾਲੇ ਵੀ ਤੁਸੀਂ ਵੀ ਸੁਣ ਲਓ, ਤੁਹਾਡੀ ਇੱਜ਼ਤ ਤੁਹਾਡੇ ਹੱਥ 'ਚ ਆ, ਹੁਣ ਤੁਸੀਂ ਸਾਬਤ ਕਰਨਾ ਆ, ਕਿਉਂਕਿ ਜਦੋਂ ਮਹੀਨੇ ਬਾਅਦ, ਡੇਢ ਮਹੀਨੇ ਬਾਅਦ ਇਹ ਸਾਰੀ ਕੈਲਕੂਲੇਸ਼ਨ ਹੋਣੀ ਆ ਨਾ, ਕਿਵੇਂ ਕਰੋਨਾ ਵਾਇਰਸ ਫੈਲਿਆ ਅਤੇ ਕਿਹੜੇ ਲੋਕਾਂ ਨੇ ਅਹਤਿਆਤ ਵਰਤੀ ਅਤੇ ਕਿੰਨੀਆਂ ਮੌਤਾਂ ਹੋਈਆਂ, ਉੱਥੋਂ ਪਤਾ ਲੱਗਣਾ ਸਾਡੀ ਅਕਲਮੰਦੀ ਦਾ। ਅਤੇ ਇਹ ਹੁਣ ਸਾਡੇ ਕੋਲ ਮੌਕਾ ਆ ਵੀ ਅਸੀਂ ਆਪਦੀ ਅਕਲਮੰਦੀ ਸ਼ੋ ਕਰੀਏ, ਨਾਲੇ ਤਾਂ ਆਪਦੀਆਂ ਫੈਮਿਲੀਆਂ ਬਚਾਈਏ, ਆਪਦੇ ਪਰਿਵਾਰ ਬਚਾਈਏ, ਅਤੇ ਨਾਲੇ ਇਹਨਾਂ ਦਾ ਮੂੰਹ ਕਾਲਾ ਕਰੀਏ ਜਿਹੜਾ ਆਲਰੇਡੀ ਦੁਨੀਆ 'ਚ ਤਾਂ ਹੋਇਆ ਪਿਆ ਆ। ਕਿਉਂਕਿ ਦੁਨੀਆ ਦਾ ਜਿਹੜਾ CNN ਅਤੇ ਹੋਰ ਆ ਜਿਹੜੇ ਇੰਟਰਨੈਸ਼ਨਲ ਮੀਡੀਆ ਆ, ਉਹ ਤਾਂ ਮਜ਼ਾਕ ਉਡਾਉਂਦੇ ਪਏ ਆ ਵੀ ਇਹ ਕਿਹੜੇ ਹਿਸਾਬ ਨਾਲ ਧੂਫ ਬੱਤੀਆਂ ਕਰਕੇ ਕਰੋਨਾ ਵਾਇਰਸ ਭਜਾਉਂਦੇ ਪਏ ਆ। ਅਤੇ ਹੁਣ ਸਾਡੇ ਕੋਲ ਮੌਕਾ ਆ, ਇੰਨੀ ਕੁ ਗੱਲਬਾਤ ਸੀ, ਅਤੇ ਜੀ ਜਾਣ ਨਾਲ ਲੱਗ ਜਾਓ, ਆਪਦੇ ਸਾਰੇ ਰਿਸ਼ਤੇਦਾਰਾਂ ਨੂੰ ਦੱਸੋ, ਆਪਦੇ ਸ਼ਰੀਕ ਕਬੀਲੇ 'ਚ ਦੱਸੋ ਵੀ ਕਿਵੇਂ ਅਹਤਿਆਤ ਵਰਤਣੀ ਆ, ਕੀ ਕੁਛ ਕਰਨਾ ਆ। ਅਤੇ ਜਿਹੜੇ ਚੜ੍ਹਦੇ ਪੰਜਾਬ ਦੇ ਵਿੱਚ ਆ, ਮੈਂ ਵੇਖਿਆ ਆ ਵੀ ਪੁਲਿਸ ਡੰਡਾ ਖੜਕਾ ਰਹੀ ਆ, ਚੰਗਾ ਕੰਮ ਕਰ ਰਹੀ ਆ, ਕਿਉਂਕਿ ਸਾਡੇ ਵਿੱਚ ਨਾ ਇੱਕ ਜੈਨੈਟਿਕਲੀ ਪ੍ਰੋਬਲਮ ਆ ਸਾਡੇ DNA ਦੇ ਵਿੱਚ, ਵੀ ਅਸੀਂ ਓਨਾ ਚਿਰ ਮੰਨਦੇ ਹੀ ਨਹੀਂ ਜਿੰਨਾ ਚਿਰ ਸਾਡੇ 'ਤੇ ਸਖਤੀ ਨਾ ਹੋਵੇ। ਅਤੇ ਪੰਜਾਬ ਪੁਲਿਸ ਕਰ ਰਹੀ ਆ, ਮੈਂ ਤਾਂ ਕਹਿੰਦਾ ਵੀ ਲਹਿੰਦੇ ਦੇ ਵਿੱਚ ਵੀ ਕਰੇ, ਵੀ ਜੇ ਡੰਡੇ ਨਾਲ ਮੰਨਦੇ ਆ ਤਾਂ ਡੰਡੇ ਨਾਲ ਮਨਾਉਣ, ਜੇ ਪਿਆਰ ਨਾਲ ਮੰਨਦੇ ਆ ਤਾਂ ਪਿਆਰ ਨਾਲ ਮਨਾਉਣ, ਕਿਉਂਕਿ ਸਾਡੇ ਲੋਕਾਂ ਨੂੰ ਅਜੇ ਅਹਿਸਾਸ ਨਹੀਂ ਹੈਗਾ ਜਿੰਨਾ ਕੰਮ ਖਰਾਬ ਹੋਇਆ ਹੋਇਆ ਆ ਹੋਰ ਮੁਲਕਾਂ ਦੇ ਵਿੱਚ। ਆ ਸਾਡੇ ਇੱਥੇ US ਦੇ ਵਿੱਚ 400 ਤੋਂ ਉੱਤੇ ਮੌਤਾਂ ਹੋ ਗਈਆਂ ਆ, ਅਤੇ ਵੇਖ ਲਓ ਵੀ ਆਪਣੇ ਸਿਸਟਮ ਕਿਹੋ ਜਿਹਾ ਆ। ਅਤੇ ਹੁਣ ਸਾਡੇ ਕੋਲ ਮੌਕਾ ਆ, ਅਗਲੇ ਮਹੀਨੇ ਡੇਢ ਮਹੀਨੇ ਬਾਅਦ ਫਿਰ ਅਸੀਂ ਇਹਨਾਂ ਨੂੰ ਜਮਣਾ ਪਾਰ ਵਾਲਿਆਂ ਨੂੰ ਵਿਖਾਉਣਾ ਆ ਵੀ ਵੈੱਲ ਐਜੂਕੇਟਡ ਕੌਣ ਆ, ਅਤੇ ਵੈੱਲ ਸਿਵਲਾਈਜ਼ਡ ਲੋਕ ਕੌਣ ਆ, ਅਤੇ ਸਫਾਈ ਕੌਣ ਰੱਖਦੇ ਆ। ਜਿਹੜਾ ਇਹਨਾਂ ਨੂੰ ਗਮਾਨ ਆ ਨਾ, ਉਹ ਆਪਾਂ ਹੁਣ ਤੋੜਨਾ ਆ। ਅਤੇ ਮੈਂ ਕਦੀ ਨਹੀਂ ਕਿਹਾ ਮੇਰੀ ਵੀਡੀਓ ਸ਼ੇਅਰ ਕਰਿਓ, ਪਲੀਜ਼ ਆ ਮੇਰੀ ਵੀਡੀਓ ਜ਼ਰੂਰ ਸ਼ੇਅਰ ਕਰਿਓ ਸਾਰੇ ਗਰੁੱਪਾਂ 'ਚ ਕਰਿਓ, ਆਪਾਂ ਇਹਨੂੰ ਇੱਕ ਚੈਲੰਜ ਦੇ ਤੌਰ 'ਤੇ ਲੈਣਾ ਆ, ਅਤੇ ਵਿਖਾਉਣਾ ਆ ਵੀ ਜਿਹੜੇ ਬੰਦੇ ਹੁੰਦੇ ਆ, ਬੰਦੇ ਕਿਵੇਂ ਰਹਿੰਦੇ ਆ, ਅਤੇ ਉਹ ਕਿਵੇਂ ਕਾਨੂੰਨ ਨੂੰ ਫੋਲੋ ਕਰਦੇ ਆ, ਕਿਵੇਂ ਉਹ ਸਾਰਾ ਕੁਛ ਮੰਨਦੇ ਆ ਵੀ ਜੋ ਦੁਨੀਆ ਦੇ ਵਿੱਚ ਕੁਛ ਚੱਲਦਾ ਪਿਆ ਆ। ਅਤੇ ਅਸੀਂ ਟੱਲੀਆਂ ਅਤੇ ਥਾਲੀਆਂ ਖੜਕਾਉਣ ਵਾਲੇ ਜਾਂ ਮੂਤ ਪੀਣ ਵਾਲੇ ਗੋਬਰ ਖਾਣ ਵਾਲੇ ਲੋਕ ਨਹੀਂ ਹੈਗੇ, ਅਸੀਂ ਉਹਦੇ ਨਾਲ ਕਰੋਨਾ ਠੀਕ ਨਹੀਂ ਕਰਨਾ, ਅਸੀਂ ਅਹਤਿਆਤ ਵਰਤ ਕੇ ਅਤੇ ਘਰ ਰਹਿ ਕੇ ਸਾਰਾ ਕੁਛ ਠੀਕ ਕਰਨਾ ਆ। ਅਤੇ ਤੁਹਾਡੀ ਬੜੀ ਬੜੀ ਮਿਹਰਬਾਨੀ, ਜਿਉਂਦੇ ਵੱਸਦੇ ਰਹੋ, ਅਤੇ ਇਹ ਚੈਲੰਜ ਨੂੰ ਹੁਣ ਅਕਸੈਪਟ ਕਰਿਓ, ਇਹਨੂੰ ਆਪਾਂ ਸਿਰੇ ਲਾਉਣਾ ਸਾਰਿਆਂ ਨੇ। ਓਕੇ ਜੀ, ਜਿਉਂਦੇ ਵੱਸਦੇ ਰਹੋ, ਰੱਬ ਰੱਖਾ।